بسم الله الرحمن الرحيم. سبحانك لا علم لنا إلا ما علمتنا إنك أنت العليم الحكيم. رب اشرح لي صدري ويسر لي أمري واحلل من لساني يفقه قولي. رب زدني علما رب زدني علما رب زدني علما. الله أكبر كبيرا والحمد لله كثيرا وسبحان الله بكرة وأصيلا. أما بعد فأعوذ بالله من الشيطان الرجيم. بسم الله الرحمن الرحيم. إنما يخشى الله من عباده العلماء. العلماء ورثة الأنبياء. صدق الله وصدق رسوله النبي الكريم. يا إلهي تو ہمیں عامل قرآن کر دے. آمین آمین. پھر نئے سر جسے سرتاج رسل کہتے ہیں اس کی امت کو ذرا تابع قرآن کر دے. قابل سلام بزرگوں عزیز بھائیوں، یہ پروگرام مرحوم حاجی عبدالخالق صاحب کی تعزیت کے واسطے پروگرام رکھا گیا. دعائے کہ پروردگار عالم مرحوم نے درجات کو بلند فرماویں. اللہ انہیں کو بہشت دے، جنت الفردوس انہیں کا مقام بنا. موت ہر ایک تے آمین. میں بھی مننا ہے مرنا کر زبان مرنے والے میں یقین کہ اگر یقین ہو گیا اول موت کی تیاری ہو گیا. جنہیں کو موت کا یقین ہو دے انہیں کو تی رات وہ موت کی فکر ہو دے. ہر قدم وہ تیاری میں کہ میں جائے موت موت اس فرق کے ایک بسترے دی موت ہے ایک اللہ دے رستے دی موت ہے ایک گھر دی موت ہے ایک موت ہے مدینے. سبحان اللہ سبحان اللہ سبحان اللہ سبحان اللہ سبحان اللہ. سبحان اللہ ہوا کہ جو جنہ کی تمنا ہے کہ موت سب کو آوے مدینے میں. سبحان اللہ مدینے موت ہم نہیں کہہ ہوئے. جن دل وچ مدینے دی محبت ہے جن دل وچ مدینے والی سرکار دی محبت ہے تے جڑا گستاخ ہے جن دل وچ مدینے دی محبت نہیں کہنی مدینے والے سرکار دی محبت نہیں کہنی او چاہے موت مدینے میں جاوے مدینے دی دھرتی نوں قبول نہیں کرے. شیخ الحدیث مولانا محمد زکریا سارے کو رحمت اللہ علیہ اللہ دے ولی ہیں بولو بزرگ ہیں. اللہ نے انہیں کو ایسی قبولیت عطا فرمائی ہے اج دنیا دا کوئی خطہ ہی ہو جا کہنے جتا انہیں لکھی ہوئی کتاب دی تعلیم بیتی لکھی ہے. فضائل اعمال دنیا میں پڑھی لے دی ہے بولے سو
ਹਰ ਜ਼ੁਬਾਨ ਦੇ ਵਿੱਚ ਉਰਦੂ ਹੈ ਪਸ਼ਤੋ ਹੈ ਪਸ਼ਤੋ ਵਾਲੇ ਤਾਂ ਤੁਹਾਡੇ ਸਾਰੇ ਜਿਹਨੂੰ ਨੰਬਰ ਗਿਣ ਗਏ ਅੱਜ ਦੀ ਤਬਲੀਗ ਦੇ ਵਿੱਚ ਤਰੇ ਹਿੱਸੇ ਪਠਾਣ ਅੱਲਾ ਨੇ ਕਬੂਲ ਕੀਤੇ ਉਹਨਾਂ ਨੂੰ ਤਾਂ ਮੈਂ ਕੋਈ ਅੱਲਾ ਕਬੂਲ ਫਰਮਾਵੇ ਆਮੀਨ ਤੁਸਾਂ ਤੇ ਮੈਂ ਤਾਂ ਬੜੇ ਮਸਰੂਫ ਵੈਸੇ ਨਾ ਫਸਲ ਦੀ ਮੌਸਮ ਹੈ ਮੈਂ ਕਦੇ ਨੀ ਵਕਤ ਕਹਿਣੀ ਮੇਰੇ ਬੱਚੇ ਜਵਾਨ ਸੀ ਮੈਂ ਕਿਆ ਕਰਾਂ ਮੇਰੀ ਦੁਕਾਨ ਹੈ ਮੇਰਾ ਘਰ ਬਾਹਰ ਹੈ ਕੋਈ ਬੰਦਾ ਜਮਾਤ ਵਿੱਚ ਬੰਨੇ ਅਗਲੇ ਲੋਕ ਇਤਰਾਜ਼ ਕਰਨ ਦੇ ਦੇਖੋ ਇਹ 7 ਮਹੀਨੇ ਬਾਲੇ ਦੇ ਸਾਲ ਨੂੰ ਛੋੜੇ ਛੋੜੇ ਸਾਲ ਥੀ ਗਏ ਹਿੰਦੂ ਤੇ ਇਤਰਾਜ਼ ਕਰਨ ਦੇ ਸਾਰੇ ਬੁਲੇ ਸੋ ਕਰਨ ਬਾਦ ਦੋਸਤ ਪਠਾਣ ਵੀ ਪਠਾਣ ਵੀ ਸਰੈ ਕੇ ਸਮਝਦੇ ਨੇ ਅੱਲਾ ਪਾਕ ਨੇ ਇਹਨਾਂ ਨੂੰ ਐਸਾ ਨਵਾਜ਼ੇ ਕਿ ਰਹਿਮਨ ਵੱਜੋ ਤਾਂ ਸਾਰਾ ਮਰਕਜ਼ ਰਹਿਮਨ ਦਾ ਕਹਿੰਦੇ ਨਾਲ ਭਰਿਆ ਹੋਇਆ ਜਿਹੜਾ ਅੱਲਾਹ ਨੇ ਜਿਹਾਦ ਦਾ ਹੁਕਮ ਫਰਮਾਇਆ ਸਾਰੀ ਦੁਨੀਆ ਅਮਰੀਕਾ ਕੱਢਦੀ ਹੈ ਤੇ ਅਮਰੀਕਾ ਦਾ ਬਾਦਸ਼ਾਹ ਸਰਦਾਰ ਕਹਿੰਦੇ ਖੜੇ ਡਰਦੇ ਮੁੱਲਾ ਉਮਰ ਕੌਣ ਹੈ ਉਮਰ ਤੂੰ ਕਹਿ ਮੰਗੇ ਆਕਾ ਨੇ ਕਹਿ ਕੇ ਮੰਗੇ ਬੋਲੋ ਸਾਰੇ ਸਹਾਬਾ ਮੁਰੀਦ ਨੇ ਸਾਰੇ ਸਹਾਬਾ ਖੋਤੇ ਨੇ ਉਮਰ ਨੂੰ ਆਕਾ ਨੇ ਅੱਲਾ ਕੋ ਖੁਦ ਮੰਗੇ ਇਹ ਉਮਰ ਕੌਣ ਹੈ ਨਾ ਦੀ ਵੀ ਬੱਤੀ ਸੁਭਾਨ ਅੱਲਾ ਇਹ ਨਾ ਦਾ ਰੋਗ ਹੈ ਸੁਭਾਨ ਅੱਲਾ ਇਹ ਰੋਗ ਨਾ ਦਾ ਕਹਿ ਲੈ ਕਾਫਰ ਦੁਨੀਆ ਦੇ ਕਾਫਰ ਉਮਰ ਕੰਨ ਡਰਦੇ ਖੜੇ ਨੇ ਉਮਰ ਰਾਏ ਦੇ ਜ਼ਮੀਨ ਤੇ ਅੱਲਾ ਆਸਮਾਨ ਨੂੰ ਕੁਰਾਨ ਬਣਾ ਦੇ ਤੇ ਰੁਕਮ ਬਣਾ ਦੇ ਬੋਲੋ ਨਾ ਉਮਰ ਦੀ ਖੁਦਾ ਵੀ ਮੰਨੇ ਨੇ ਬੋਲੋ ਉਮਰ ਦੀ ਮੁਸਤਫਾ ਵੀ ਮੰਨੇ ਨੇ ਉਮਰ ਦੀ ਪਹਾੜ ਵੀ ਮੰਨੇ ਨੇ ਬੋਲੋ ਉਮਰ ਦੀ ਦਰਿਆ ਵੀ ਮੰਨੇ ਨੇ ਸੁਭਾਨ ਅੱਲਾ ਨਹੀਂ ਮੰਨੇ ਨੇ ਤਾਂ ਜ਼ਾਲ ਵੀ ਮੰਨੇ ਨੇ ਹੂੰ ਉਮਰ ਦੀ ਜ਼ਾਲ ਵੀ ਨਹੀਂ ਮੰਨੇ ਨੇ ਹਜ਼ਰਤ ਉਮਰ ਸਹੀ ਨੇ ਇੱਕ ਆਰਡਰ ਆਰਡੀਨੈਂਸ ਜਾਰੀ ਕੀਤੇ ਕਿ ਅੱਜ ਕੱਲ ਬਾਦ ਕੋਈ ਔਰਤ ਮਸਜਿਦ ਵਿੱਚ ਨਮਾਜ਼ ਵਾਸਤੇ ਕਹਿਣਾ ਉਸੇ ਹਜ਼ਰਤ ਉਮਰ ਸਹੀ ਕਿਆ ਆਰਡੀਨੈਂਸ ਜਾਰੀ ਲਾਫਜ਼ ਕਰ ਰਹੇ ਔਰਤ ਅੱਜ ਕੱਲ ਬਾਦ ਮਸਜਿਦ ਨਮਾਜ਼ ਵਾਸਤੇ ਹਜ਼ਰਤ ਉਮਰ ਸਹੀ ਜੋ ਘਰ ਹੈ ਨਾ ਅੱਲਾਹ ਤਜ਼ਾਰ ਦਾ ਵਿਗੜੀ ਖੜੀ ਹੈ ਉਹ ਕਹਿੰਦੇ ਉਮਰ ਵੱਡਾ ਤੂੰ ਦਲੇਰ ਆਇਆ ਜੀ ਵੱਡਾ ਤੂੰ ਹਾਕਮ ਸੁਣੇ ਸੀ ਅੱਜ ਤੂੰ ਕੋ ਆਡੀ ਨਾਲ ਜਨਾਬਸ ਕੀਤੀ ਕਿ ਬਸ ਔਰਤਾਂ ਬਸ ਤੇ ਜਿਨਾ ਹਮੇ ਨਮਾਜ਼ ਬਸ ਤੇ ਮੈਂ ਦਾਮ ਸਾ ਰੋਤ ਲਿਖਾ ਅੱਲਾਹੁ ਅਕਬਰ ਵੱਡਾ ਵੱਡਾ ਤੇਰੀ ਹੀ ਤੂੰ ਬਾਦ ਨਹੀਂ ਰੋਕ ਚਾ ਆਖਣ ਲੱਗੀ ਉਮਰ ਹਜ਼ੂਰ ਸਿੰਘ ਦੇ ਜ਼ਮਾਨੇ ਵਿੱਚ ਮੈਂ ਨਮਾਜ਼ ਵਾਸਤੇ ਬੈਂਦੀ ਹਾਂ ਹਜ਼ਰਤ ਅਬੂ ਬਕਰ ਸਿੰਘ ਦੇ ਜ਼ਮਾਨੇ ਵਿੱਚ ਮੈਂ ਨਮਾਜ਼ ਮੈਂ ਮਸਜਿਦ ਵੇਖਦੀ ਹਾਂ ਅੱਜ ਤੂੰ ਰੋਕਣ ਵਾਲਾ ਕੌਣ ਸੀ ਵੀ ਜਿੰਦਾ ਕੌਣ ਹੀ ਤੂੰ ਮੈਂ ਬੇਸਰ ਰੋਕ ਕੇ ਰਿਖਾ ਅੱਛਾ ਦਾ ਵੇਲਾ ਹੀ ਅਜ਼ਾਨ ਆਈਏ ਤਹਿਜ ਉਮਰ ਸੀ ਬਸ ਘਰ ਨਿਕਲੇ ਬਾਹਰ ਤੇ ਦੀਵਾਰ ਦੀ ਓਟ ਵਿੱਚ ਬਹਿ ਗਏ ਵੁਜ਼ੂ ਕਰਦੇ ਜ਼ਾਲ ਸੈਣੀ ਅੰਮਾ ਸੈਣੀ ਚਾਦਰ ਲਪੇਟੀ ਨੇ ਤੇ ਜਦ ਬਾਹਰ ਤੋਂ ਨਿਕਲੇ ਨਾ ਹਦ ਉਮਰ ਸਹੀ ਕੇ ਦਿਲ ਟੱਪੇ ਨਾ ਚਾਦਰ ਦਾ ਪੱਲੋ ਪਕੜ ਦੇ ਵਿੱਚ ਝਟਕਾ ਮਾਰੇ ਨਾ ਉਮਰ ਗੈਰਤ ਵਾਲਾ ਹੀ ਤਜ਼ਾਲ ਕੀ ਹੁੰਦੀ ਵੱਡੀ ਗੈਰਤ ਵਾਲਾ ਵੱਡੀ ਚੈਰੀ ਸੀ ਕੋਲ ਅੱਲਾਹ ਨਾ ਇਸੇ ਨੇ ਅੱਲਾਹ
ਇਵੇਂ ਭਰ ਦਿਆ ਘਰ ਨਮਾਜ਼ ਦਾ ਵੇਲਾ ਇਹ ਨਮਾਜ਼ ਮਸਜਿਦ ਪੜ੍ਹਾਈਏ ਨੇ ਨਮਾਜ਼ ਤੋਂ ਬਾਅਦ ਜੋ ਘਰ ਹੈ ਕਿਆ ਦੇਖੇ ਓਏ ਬਾਹਰ ਦਾ ਦਰਵਾਜ਼ਾ ਵੀ ਬੰਦ ਹੈ ਖੋਲਿਆ ਤੋ ਇਹ ਦਰਵਾਜ਼ਾ ਤਾਂ ਸਹਿ ਅਗੋ ਕਮਰੇ ਦਾ ਦਰਵਾਜ਼ਾ ਬੰਦ ਹੈ ਕਮਰੇ ਦਾ ਦਰਵਾਜ਼ਾ ਜੋ ਖੋਲੇ ਨੇ ਕੋਨ ਨੇ ਨਮਾਜ਼ ਖੜੀ ਪੜ੍ਹਦੀ ਹੈ ਨਮਾਜ਼ ਤੋਂ ਜੋ ਫਾਰਿਗ ਥੀ ਹੈ ਨਾ ਜਿਵੇਂ ਜ਼ਾਲ ਪੈਦਾ ਆਪਸ ਦੇ ਵਿੱਚ ਜਿਵੇਂ ਨੋਕ ਝੋਕ ਹੁੰਦੀ ਹੈ ਨਾ ਕਈ ਵੇਲੇ ਹੁੰਦਾ ਮਾਰਾ ਤੇ ਕਈ ਵੇਲੇ ਬੋਲੋ ਆਖਣ ਲੱਗੇ ਪਰ ਕਿਉਂ ਨੀ ਵੀ ਆਈ ਹੂੰ ਵੇਲੇ ਦੱਸ ਦਿਓ ਮੈਂ ਹਮਸਾ ਮੈਂ ਹਮਸਾ ਮੈਂ ਤਾਂ ਤੋ ਬਸ ਕੁੜੇ ਦਾ ਰਹਿ ਗਿਆ ਰੋਣ ਪੈ ਆਖਣ ਲੱਗੇ ਉਮਰ ਸਿੰਘ ਕਿਆ ਦੱਸਾਂ ਅੱਜ ਕੇ ਜ਼ਾਲਮ ਨੇ ਮੇਰੀ ਚਾਦਰ ਛਿਪੀ ਹੈ ਉਮਰ ਸੇ ਫਰਮਾਉਣ ਲੱਗੇ ਹਜ਼ੂਰ ਸੇ ਜ਼ਮਾਨਾ ਬਿਹਤਰ ਜ਼ਮਾਨਾ ਹੈ ਹਜ਼ਰਤ ਅਬੂ ਬਕਰ ਸੇ ਦਾ ਜ਼ਮਾਨਾ ਬਿਹਤਰ ਜ਼ਮਾਨਾ ਹੈ ਅੱਜ ਉਹ ਹਾਲਾਤ ਕਹਿਣੀ ਇਹ ਵਾਸਤੇ ਮੈਂ ਮਨਾ ਕੀਤਾ ਮੈਂ ਕਿ ਔਰਤ ਮਸਜਿਦ ਚ ਨਾ ਆਵੇ ਹਜ਼ੂਰ ਦਾ ਜ਼ਮਾਨਾ ਤਾਂ ਬਿਹਤਰ ਉਮਰ ਦਾ ਜ਼ਮਾਨਾ ਤਾਂ ਬਿਹਤਰ ਕਹਿਣਾ ਹੈ ਅੱਜ 15ਵੀਂ ਸਦੀ ਦਾ ਜ਼ਮਾਨਾ ਬਿਹਤਰ ਹੈ ਬਈ ਤੂੰ ਹੀ ਅਕਾਲੀ ਖੜਾ ਕਰੇ ਨਹੀਂ ਮੌਲਵੀ ਸਾਹਿਬਾ ਔਰ ਲੋਕੇ ਕੋ ਬਦਲਾ ਕੀਤੀ ਖੜੀ ਕਿ ਮੈਂ ਸਹੀ ਹਜ਼ੂਰ ਸਹੀ ਦਾ ਕਲਮਾ ਪੜ੍ਹੇ ਮੈਂ ਉਮਰ ਦਾ ਕਹਿ ਨਹੀਂ ਪੜ੍ਹਿਆ ਮੈਂ ਉਮਰ ਦੀ ਨਹੀਂ ਮੰਨਦਾ ਅੱਛਾ ਕਿਹੜੇ ਉਮਰ ਦੀ ਨਹੀਂ ਮੰਨਦਾ ਹੂੰ ਉਮਰ ਦੀ ਤਾਂ ਦਰਿਆ ਵੀ ਮੰਨਦਾ ਖੜੇ ਔਰ ਮੈਂ ਤੇ ਇੱਕ ਵਾਕਿਆ ਸੁਣਾਵਾਂ ਵਾਲੇ ਸਾਹਿਬ ਰਹਿਮਤੁਲਲਾਹ ਅਲੈ ਵਫਾਤ ਕਰੂ ਤੋਂ 3 ਸਾਲ ਪਹਿਲੇ ਦੀ ਗੱਲ ਹੈ ਬਿਮਾਰ ਹਨ لوگ ہن علاقے دے او مرید ہن ملتان دے پیر صاحب دے ਉਹਨੇ ਆਖਿਆ ਸਾ ਮੈਨੂੰ ਆਪਣੇ ਪੀਰ ਕੋ ਦਾਵਤ ਦੇ ਤੂੰ ਸਾਡਾ ਪੀਰ ਆ ਗਈ ਤੇ ਕਾਲੇ ਪੱਤਰੇ ਸੀ ਮੇ ਕਰੇ ਸੇ ਤੇ ਦਰਿਆ ਚਲਾ ਵੇ ਸੇ ਵਾਪਸ ਉਤੇ ਹੀ ਕੱਚੇ ਦੇ ਇਲਾਕੇ ਵਿੱਚ ਇੱਕ ਛੋਟੀ ਜੀ ਬਸਤੀ ਉਹ ਨਰਾਇਣ ਤੋਹੀਦ ਦਾ ਪਾਰ ਉਤਾ ਕੁਰਾਨ ਦਾ ਮਦਰਸਾ ਹੈ ਉਹ ਹੈ ਤੇ ਖਾਨ ਕੋਲ ਮਕਸਦ ਲੂਨ ਦੇ ਵਿੱਚ ਤੇ ਆ ਕੇ ਆਖਿਆ ਨੇ ਵੀ ਇਵੇਂ ਹਾਲਾਤ ਨੇ ਪਹਿਲੇ ਹੀ ਲੋਗੇ ਦੇ ਈਮਾਨ ਕਮਜ਼ੋਰ ਹੈ ਉਦਾ ਨਾ ਖਾਸ ਤਾਗਰ ਇਹ ਜੋ ਵਾਕਿਆ ਕੀ ਵੀ ਯਾਦ ਲੋਗੇ ਤੇ ਇਮਾਨ ਦਾ ਅੰਦੇਸ਼ ਹੈ ਹਜ਼ਰਤ ਕੋ ਦਰਖਾਸਤ ਕਰੂੰ ਕਰ ਤਸਰੀਫ ਦੇਣ ਦੀ ਦੁਆ ਤਾ ਫਰਮਾਉਂ ਵਾਲੇ ਸਾਹਿਬ ਅਲੀਲ ਹਨ ਉੱਠ ਨਾ ਸਕਦੇ ਦਰਖਾਸਤ ਪੇਸ਼ ਕੀਤੀ ਹੈ ਜੇ ਫਰਮਾਇਆ ਨੇ ਚਲੋ ਸਵਾਰੀ ਕਰਨੋ ਹਾਈਐਸ ਵੈਗਨ ਗਿਆ ਸੀ ਉਹਦਾ ਸੀਟਾ ਕੱਢ ਕੇ ਖੋਲ ਕੇ ਤੇ ਚਾਰ ਪਾਈ ਰੱਖੇ ਸੀ ਉਤੇ ਹੀ ਜਿਸ ਵੇਲੇ ਕੱਚੇ ਪਹੁੰਚੇ ਸੀ ਤਾਂ ਵੈਗਨ ਚ ਚਾਰ ਪਾਈ ਬਾਹਰ ਕੱਢ ਕੇ ਦਰਿਆ ਦੇ ਪੰਨੇ ਤੇ ਰੱਖੇ ਸੀ ਬੰਦ ਅੱਲਾਹ ਵਾਲੇ ਸਾਹਿਬ ਨੇ ਦਰਿਆ ਨੂੰ ਦੇਖ ਕੇ ਫਰਮਾਉਣ ਲੱਗੇ ਦਰਿਆ ਤੇਰਾ ਗੌਰ ਕਰੀ ਜੋ ਜਿਹੜਾ ਦਰਿਆ ਮੈਂ ਉਮਰ ਦਾ ਗੁਲਾਮ ਹਾਂ ਸੁਭਾਨ ਅੱਲਾਹ ਮੈਂ ਉਮਰ ਦਾ ਗੁਲਾਮ ਹਾਂ ਜੇ ਦਰਿਆ ਨੀਂਦ ਦੇ ਨਾ ਖਤ ਲਿਖਿਆ ਹੈ اگر تو اللہ دے حکم نال چل دی میں ہی درتی تے اللہ دا نائب تے خلیفہ تے حکم دے دا تو چل اگر اللہ دے حکم نال نہ چل دا نہ چل اگر جی میں ہاتھ امر نیاز نے خط سکے ਇਵੇਂ ਖੁਸ਼ਕ ਦਰਿਆ ਵਹਿਪੇ ਵਹਦੇ 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 ਜੈ ਸਤਾ ਤੇ ਪਾਣੀ ਜਾਰੀ ਥੇ ਅੱਜ 1500 ਸਾਲ ਬਾਅਦ ਵੀ ਹੂ ਸਤਾ ਦੇ ਵਹਨਾ ਖੜੇ ਜਨਾਬ ਤਕਬੀਰ ਅੱਲਾਹ ਅਕਬਰ ਹੇ ਖੇਲ ਚ ਉਸਤਤ ਲੈ ਨਿਚ ਅਗਲੇ ਦੀ ਬੰਦੇ ਆਏ ਉਹਨੇ ਆਖਿਆ ਸੀ ਉਹ ਤੁਸਾਂ ਦੁਆ ਫਰਮਈਆ ਵੇ ਅੱਜ ਦਰਿਆ ਵਧਿਆ ਦਲੀ ਰੁਕ ਗਏ ਬਲੀ ਮੈਨੂੰ ਚਾਹਦੀ ਗੁਜ਼ਰੇ
والله نا کرتی مبارک ہوے الحمدللہ دریا واپسی شروع کر دیتی ہے اللہ ہی میرے بھی اٹھوں ہوں بستی کروں 10 کلومیٹر دریا پیچھے تے چلے جائے سب کے اے ولی ولی اپ دے اگے کو ہیں ولیوں کو اگ دین جے کو لکھن نال رب راضی تھی سبحان اللہ اذا الروز فی رب اللہ پلیٹفارم سامنے دور اتا گیٹ ہندو بنیا لالچین چا کھڑے ٹکٹ گرن واسطے مسلمان دنیا دل
اندیسے کیسے دل دے اندیسے کیوں سارا دل اسا گناہ کرتے اپنے دل کو اندھا کیتے سارا دل ہی صدا کھائی تو سا معصوم بال کو بھی ہاتھ دینا اندے سامنے پانی میں اللہ میں ذکر کرو اندہ قلب جانے چاہیے سبحان اللہ دل تمہارے سامنے سار ذکر کرے تے رو قلب جاری کرے کیوں دل جو سے آئے حدیث پاک کے دم دینا آقا امام الانبیاء نبی محمد رسول اللہ صلی اللہ علیہ وسلم ਜਿਹੜੇ ਕੋਈ ਬੰਦਾ ਗੁਨਾਹ ਕਰੇ ਤੇ ਉਹਦੇ ਦਿਲ ਤੇ ਸਿਆ ਨੁਕਤਾ ਲੱਗ ਰਹਿੰਦੇ ਤੌਬਾ ਕਰੇ ਮਿਟ ਰਹਿੰਦੇ ਤੌਬਾ ਨਾ ਕਰੇ ਪਿਆ ਗੁਨਾਹ ਕਰੇ ਪਿਆ ਲੱਗਦੇ ਪਿਆ ਕਰੇ ਪਿਆ ਲੱਗਦੇ ਇਕਨੇ ਤਈ ਕੇ ਗੁਨਾਹ ਕਰੇਂਦੇ ਉਹਦਾ ਸਾਰਾ ਦਿਲ ਸਿਆ ਕੀ ਪੈਂਦੇ ਵਲੋ ਕੋ ਹਲਾਲ ਹਰਾਮ ਮੈਂ ਫਰਕ ਮਹਿਸੂਸ ਨਹੀਂ ਕੀਤਾ ਰਿਸ਼ਤੇ ਦੀ ਪਹਿਚਾਣ ਨਹੀਂ ਰਹਿ ਗਈ ਉਹ ਮਜਦੂਰ ਦੀਵਾਨਾ ਕਹਿੰਦੇ ਅਗਰ ਤੈਨ ਆਪਣੇ ਦਿਲ ਨੂੰ ਗੁਨਾਹ ਨਾਲ ਪਰਾਂਦਾ ਕਰ ਛੋੜੇ ਖਰਾਬ ਕਰ ਛੋੜੇ ਸਿਆਹ ਕਰ ਛੋੜੇ ਹੁਣ ਤੋਂ ਚਾਹਨੇ ਇਹ ਗੁਨਾਹ ਵਾਲੀ ਸਿਆਹੀ ਫੁਲਵਨੇ ਸਾਤੀ ਵਨੇ ਪਾਤੀ ਵਨੇ ਤਵਰ ਅੱਲਾ ਦਾ ਜ਼ਿਕਰ ਕੀਤਾ ਕਰ ذکر تیرا کر کر کے الہی دور کروں میں دل سیاہی ذکر تیرا کر کر کے الہی دور کروں میں دل سیاہی چھوڑ کے حبوب مالی ہو جائی اب تو کروں شام سحر ہے شغل مناہی میرے گناہ ہے لا تناہی مجدور دیوانا کہنے مولا میں پاپیاں گناہ گارا میں نے زندگی ساری گناہ وچ گزار دتی ہے میرے گناہ نہ زیادہ ہے آسمان و زمین دے درمیان جڑا خلا ہے میرے گناہ نہ بھری میرے گناہ سمندر دے قطرات میں زیادہ ہیں ریت دے ذرات میں زیادہ ہیں درخت دے پتے تے زیادہ ہیں آسمان دے ستارے میں زیادہ ہیں او مجدور دیوانہ کہ گئے مولا میرے گناہ جتنے زیادہ تھی بدن جتنے زیادہ تھی بدن پر تاری احمد اب قابلہ تا نہیں کر سکتے مولا مولا اگر تو سمے میں پاپی کو بخش لیتا تارے میں کہیں نہیں پوچھنا مولا تو سمے کو بخش لیتا ہوئے معاف کر لیتا ہوئے میرا سب کچھ مرنے سے تو آدھا کچھ کرا ہوئے سے او مالک تو آدھا نا ہے غفار غفار کا دنا ہے بولو بولو آدھا مالا کیا ہے بخشن والا وردے مولا تو بخشے نہ تو غفار کی ہو جا او مالک اگر میں گناہ نہ کر رہا تے کو غفار تو رکھے ہاں مولا ہن تیرے در تے آ گیا ہن تیرے در تے آ گیا تیرا در تے ہو جائے بقول عبداللہ درخواست دی اے ایسا دروازہ ہے تا آون دی دیر ہے منظوری وچ دیر کہ سر جھکاون دی دیر رحمت دریا میں غوطہ دے بخش دے ون دی دیر کہ مولا مولا شام و سحر ہے شغل مناہی میرے گناہ ہے لا متناہی کسے کہوں میں اپنی تباہی اللہ میں کس دروازے پہ جاؤں تیرے در کے سوا اور تو کوئی نہیں میری نظروں میں اللہ اگر کوئی ہے تو ہی بتا دے کوئی اور دروازہ ہے بولو یار ہے کوئی اور دروازہ او بخشے تامی نہ بخشے او ایک بندہ بیت اللہ دا طواف کرے دے تے طواف دے دوران رکھے دے لبیک اللہم لبیک کیا کہہ دے بڑو تا لبیک اللہ تا کوئی سعادت نصیب تا
याद की लबैक लबैक ब्लैक ब्लैक ना पढ़ो कदे अज गरीब वैसे भी अधमुआ थी गए इवे ना क्या रखा क्या है ये हुकूमत वक्त गुरबत को खत्म कर देंगे गुरबत को खत्म करेंगे भाई गरीब को गरीब खत्म होगा तो गुरबत खुद खत्म हो जाएगी गरीब खत्म होगा तो गुरबत खुद ब खुद यही जो अमल आज मैं को दसो के सफेद पोश की कोई जिंदगी है आज बंदा रोमर दे आगे नहीं रहा अल्लाह ताला इन्हें कुरान में करो अल्लाह निजात देवे अल्लाह गरीबे ते वास्ते सुख दा सामान फरमा आमीन आको आमीन अल्लाह गरीबे वास्ते सुख ते राहत दा सामान पैदा कर आमीन तवाब दे दौरान क्या मतलब बोल दे लबैक अल्लाहुम्मा लबैक गैब दे आवाज अपनी अल्लाह लबैक अल्लाहू अकबर तेरी हाजरी कबूल कह ली ਇੱਕ ਨੌਜਵਾਨ ਵਾਦੇ ਨਾਲ ਉਹ ਪੁੱਛਦੇ ਅੱਲਾਹ ਦਾ ਬੰਦਾ ਜਿਹੜੇ ਵੇਲੇ ਉਹ ਤੁਹਾਡੀ ਹਾਜ਼ਰੀ ਕਬੂਲ ਨਹੀਂ ਕਰੇਲੇ ਅੰਦਾ ਕਿਉਂ ਨਹੀਂ ਵੇ ਤੁਸੀਂ ਉਹ ਅੱਗੇ ਬੋਲ ਤੈ ਵੀ ਸੁਣੇ ਮੈਂ ਵੀ ਸੁਣੇ ਤਾਂ ਮੈਂ ਵੀ ਅੱਛਾ ਅੱਛਾ ਬੇਟਾ ਤੂੰ ਇੱਕ ਵਾਰੀ ਸੁਣ ਤੇ ਤੂੰ ਬਰਦਾਸ਼ਤ ਨਹੀਂ ਕਰ ਸਕਿਆ ਮੈਂ ਤਾਂ 70 ਸਾਲ ਦਾ ਸੁਣਦਾ ਹੁੰਦਾ ਮੈਂ ਜਿਹੜੇ ਵੇਲੇ ਅੱਲਾਹ ਮੈਂ ਕੋਈ ਜਵਾਬ ਮਿਲਦੇ फरिश्ते ने आख्या अल्लाह मियां ए तेरा दुश्मन है ए तेरे खैरे दा यार है ए तब बुद्धे को खड़ा पुके कहंदा है जवाब है अमिया तेरा मेरा काम है तौबा करना माफी मांगना माफ करना होता काम है माफ करने वाला कौन है अल्लाह से बेटे से हाजी साहब की मगफिरत वास्ते कि अल्लाह हाजी साहब के दर्जे बुलंद करे अल्लाह उन्हें दी मगफिरत फरमावे जे कब्रिस्तान में उन्हें दी तदफीन है अल्लाह कब्रिस्तान तो अजाब कब्र को हटा रे आमीन मके तक शाम और सहर है शुजुल मनाई मेरे गुनाह है दुनिया को खाजा मोइनुद्दीन चिश्ती अजमेरी देना याद है
एक बार में सफर तो वापस आए ते घर दाखिल थे वालदा हयात ने अल्लाह सारे दी मामा दा साया उन दे सिरे ते दराज आमीन आमीन इमे चेहरा खुशी करो चमकदा पे अम्मा सैन से डिठा ना तमा फरमावन लगी बेटा मोई ने आज दादा खुश लगती पुत्रा क्या आप ना खुशी वेच मेको भी शामिल करे सी पुत्र तेरा मेको भी दसे हां मैं तेरी खुशी दे वेच मैं भी शरीक थी बना अर्ज करने लगे अम्मा से इस दफा तो मैं बंगाल दे सफर ते गया मेरे हाथ दे 70,000 गैर मुस्लिम ने कलमा पढ़े 70,000 हो गए मेरे हाथ दे तौबा की अम्मा सैन आज ना खोज दिवा तवल कर करना दिवा सुरमा दा जवाब अम्मा फरमावन लगी पुत्र मोई ने दे 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 दा के रख कमा पुत्रा जेड़े दी तू जाया हमें हदी फरमान जेड़े दी तू जाया हमें कोई नी हो जा कह दी के जेड़े वेले मैं बगैर वजू किते ते फकीर मिलाया हमें जिस वेले मावा अपनी औलाद को वजू कर दे खीर मिले दे हर पुत्र मोई नु दी चिट्ठी तेरी पैदा की जेड़े वेले मावा अपने बच्चे को लोरी विच कुरान सुने दा हर पुत्र मां दी छोटी विच हाफिज कुरान पढ़ते हर दुआ है अल्लाह दुआ को मैं को यो जब मावा नसीब फरमावे सादी औलाद को अल्लाह ऐसा माहौल घर दा नसीब फरमावे ऐसा माहौल नसीब फरमावे बचपन दे अल्लाह ताला उने को बचपन वाली उम्र दिया और साफ दे बरकत नसीब फरमावे मियां मरना ता मैं भी है मरना ता आसानी है मैं दाखे ना तुसा ता तो तू ता बस बेकु नजर हो नहीं था तुसा बेवारी मैं आमा है तू बंदा ना हो नहीं था सारे मदीने वजो तो थी मर खा आमीन आमीन मैं मदीना मरना की है दुआए पर दुआए दसो ना आमीन आमीन मदीने वजो वला ना वजो आमीन मौत क्या मंगू आपा मदीना बोलो से मदीना मदीना बहुत मदीने दी ते मस्जिद अमन दी तौफीक करी जरा गौर करी पर नमाज दी तौफीक करी ते मौत मदीने दी मंगदा वटी दावा इश्क रसूल दे दावा मोहब्बत रसूल दे लेकिन हुजूर दी जहद नाल इश्क दा दावा है हुन शक्ल मुबारक पसंद करी हुंदा लिबास मुबारक पसंद करी ਉਹਦਾ ਹੁਕਮ ਮੁਬਾਰਕ ਪਸੰਦ ਕਰੀ ਕਰਨੀ ਆਪਣੀ ਹੈ ਤੇ ਦਾਵਾ ਇਸ਼ਕ ਦੇ ਅੱਲਾਹ ਖੁਦਾ ਦੀ ਕਸਮ ਜਿਹੜੇ ਆਸ਼ਿਕ ਹੋਦੇ ਨਾ ਸ਼ੇਖ ਉਹ ਹਦੀਸ ਮੌਲਾ ਜ਼ਕਰੀਆ ਰਹਿਮਤੁਲਲਾ ਅਲੈਹ ਦੀ ਖਿਦਮਤ ਤੇ ਇੱਕ ਬੰਦਾ ਹੈ ਬਸ ਤੇ ਲਫ਼ਜ਼ ਉਤੇ ਬਦਸਤਾ ਉਹਨੂੰ ਸ਼ਰੀਆ ਦੇ ਸਈਆ ਮੈਂ ਬੜਾ ਪਰੇਸ਼ਾਨ ਆ ਮੇਰੀ ਜ਼ਾਲ ਦੀ ਮਾਰ ਹੈ ਕਈ ਸਾਲ ਦੀ ਕੇ ਇਲਾਜ ਕਰਦੇ ਹੋਏ ਮੈਂ ਇਲਾਜ ਨਾ ਚਾਹੁੰਦਾ ਖਤ ਤੱਕ ਬੇਤੀ ਤੇ ਮੈਂ ਕਦੇ ਕੁਝ ਨਹੀਂ ਕਹਿ ਨਹੀਂ ਅੱਲਾਹ ਅੱਲਾਹ ਕਰੂ ਦੁਆ ਦਾ ਫਰਮਾਓ ਅੱਲਾਹ ਮੇਰੀ ਬੀਵੀ ਕੋ ਸ਼ਿਫਾ ਦੇਵੇ ਆਪਨੇ ਫਰਮਾਇਆ ਮੀਆਂ ਮੈਂ ਤਾਂ ਮਾਜ਼ੂਰ ਆ ਤੁਰ ਨਹੀਂ ਵੀ ਸਕਦਾ ਬੰਦ ਹਜ਼ੂਰ ਦੇ ਰੋਜ਼ੇ ਤੇ ਮਨੂ ਤੂੰ ਤੇ ਰੋਜ਼ੇ ਤੇ ਤੇ ਜਿਵੇਂ ਮੈਂ ਆਖਾਂ ਮੇ ਦਾ ਪੈਗਾਮ ਨਹੀਂ ਵੈਸੇ ਹੀ ਦਰਬਾਰ ਵਿੱਚ ਪੇਸ਼ ਕਰ ਅੱਗੇ ਵੰਦ ਤੇ ਪਹਿਲੇ ਤਾਂ ਸਲਾਮ ਅਰਜ਼ ਕੀਤੇ ਸੀ ਨਾ ਕਿਵੇਂ ਸਲਾਮ ਕਰੀਦੇ ਅਸਲਾਤੁ ਵਸਲਾਮੁ ਅਲੈਕਾ ਯਾ ਸੈਯਦੀ ਯਾ ਰਸੂਲ ਅੱਲਾਹ ਇਹ ਸਲਾਮ ਅਰਜ਼ ਕਰਦੇ ਨਾ ਬਲਾ ਹੁਣ ਦੇ ਬਾਅਦ ਹਜ਼ਰਤ ਦਾ ਵੀ ਸਲਾਮ ਪੇਸ਼ ਕੀਤੇ ਸੀ ਤੇ ਅਰਜ਼ ਕਰਨ ਲੱਗੇ ਜਿਵੇਂ ਹਜ਼ਰਤ ਨੇ ਫਰਮਾਇਆ ਕਿ ਆਕਾ ਦੀ ਖਿਦਮਤ ਵਿੱਚ ਅਰਜ਼ ਕਰੀ ਕਿ ਆਕਾ ਤੁਹਾਡਾ ਲੰਗੜਾ ਗੁਲਾਮ ਜ਼ਕਰੀਆ ਸਲਾਮ ਕਹਿੰਦੇ ਦਰਖਾਸਤ ਕਰੇ ਤੇ ਕਿ ਅੱਲਾਹ ਦੀ ਦਰਬਾਰ ਵਿੱਚ ਦੁਆ ਫਰਮਾ ਲਓ ਅੱਲਾਹ ਮੇਰੀ ਬੀਵੀ ਨੂੰ ਸ਼ਿਫਾ ਦੇ ਸੁਭਾਨ ਅੱਲਾਹ ਕਬਰ ਦੇ ਮਾਲਕ ਦੀ ਜੋ ਆਵਾਜ਼ ਆਉਂਦੀ ਹੈ ਆਕਾ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ ਕਿ ਮੇਰੇ ਗੁਲਾਮ ਜ਼ਕਰੀਆ ਕੋ ਮੇਰਾ ਸਲਾਮ ਆਖੀ ਤੇ ਆਖੀ ਕਿ ਅੱਲਾਹ ਦੇ ਦਰਬਾਰ ਵਿੱਚ ਦਰਖਾਸਤ ਕੀਤੀ ਹੈ ਅੱਲਾਹ ਨੇ ਦੁਆ ਕਬੂਲ ਫਰਮਾ ਲਈ ਸੁਭਾਨ ਅੱਲਾਹ ਬੜਾ ਚਕੇ ਹੋਣ ਦੇ
ਕਿੰਨਾ ਨੌਜਵਾਨ ਖੜੇ 35 40 ਸਾਲ ਦੀ ਉਮਰ ਹੈ ਅਸ਼ਾ ਦੀ ਨਮਾਜ਼ ਪੜ੍ਹੀ ਇਸ ਮਸਜਿਦ ਨਬੀ ਦੇ ਇਮਾਮ ਦੇ ਪਿੱਛੋਂ ਤੇ ਬੜਾ ਹੋਣਾ ਹੈ ਹਜ਼ੂਰ ਦੇ ਰੋਜ਼ੇ ਤੇ ਯਾਦ ਸਲਾਮ ਅਰਜ਼ ਕੀਤੇ As-salatu wa s-salamu alayka ya Sayyidi ya Habib Allah. As-salamu alayka ya Sayyidi ya Habib Allah. As-salamu alayka ya आका इमाम अल-अंबिया ने अपने रोजे आखिर में तो हाथ मुबारक निकालते हो नौजवान दा मुसाफा फरमाने ते फरमाने वालेकुम सलाम या वलदी ऐ बेटे मेरे भी तेरे उत्ते क्या होवे वो नौजवान हुसैन अहमद मदनी ओए अब्दुल्ला दरगाह की क्या करे हुजूर के रोजे ते ते सलाम खड़ा अर्ज करे ते ते अकेले सोना तुआडे नवासे अता उल्ला ने भी तुआरी खिदमत ते सलाम भेजे आपने ने फरमाया अब्दुल्ला मेरे नवासे अता उल्ला को मेरा भी सलाम आ जी ओ जे को रोजे पाक की तू हुजूर सलामे दे जवाब देवे रोजा फरमाने قال رسول اللہ صلی اللہ علیہ وسلم حضور نے فرمایا جڑا بندہ میرے روزے تے آ جے میرے اوپر درود و سلام پڑھتے میں اس کو سنا جواب دیندا تے جڑا دور کرو درود پڑھتے فرشتے او درود میں تک پہنچے تسا چاہندو کہ تہاڈا میرا درود حضور تک پہنچے اور 24 گھنٹے درود پہنچے 24 گھنٹے سادا فرشتے دی تہہ لگی کھڑی ہوے سبحان اللہ ایک فرشتہ ویندا پے تے پیام دا پے کیا ویندا پے تے وعدہ کرن دو کہ انشاءاللہ ضرور تے پاک پڑھ دے راسو انشاءاللہ ضرور انشاءاللہ 24 گھنٹے انشاءاللہ او میں تو کو ایک ہی درود میں تو کو ایسا درود دسے نا کہ تو کو 24 گھنٹے نہ پڑھنا پے ترے دفعہ سویرے پڑھو ترے دفعہ شام کو 24 گھنٹے درود پاک پڑھن دا ثواب سبحان اللہ سبحان اللہ لیکن اون دی زکات ہے اون دی زکات ہے 5 ٹائم نماز سبحان اللہ سبحان اللہ وعدہ کر لو 5 ٹائم نماز جماعت ہاتھ کھڑا کر بے شک بے شک او میں تو درود پاک دسے نا بے شک ہر بندے دے نال دو فرشتے نا ایک سجے بازو ایک سجا کیا لکھ دے نیکیا تے کھپیا نا اے درود پاک ہی ہو جائے کہ تو درود پڑھن پاون سویر تے شام کو کھپا فرشتہ بیکار تھی ونے کو کوئی برائی نہ ملے لکھن واسطے تے سجا کو فرصت نہیں ملے 24 گھنٹے درود ہی تیرے نام اعمال لکھدا رہے درود پاک اللهم صل على محمد پڑھو پڑھو اللهم صل على محمد في اول كلامنا وصل على محمد في اوسط كلامنا صل على محمد في اخر كلامنا اللهم صل على محمد في اول كلامنا وصل على محمد في اوسط كلامنا وصل على محمد في اخر كلامنا ترے دفعہ سویرے پڑھو چا ترے دفعہ شام 24 گھنٹے درود پاک پڑھن دا ثواب ملے 24 گھنٹے فرشتے تہاڈے نام اعمال درود پاک لکھن 24 گھنٹے فرشتے تہاڈا درود و سلام حضور دے دربار وچ کھڑے رہندے رہندے سبحان اللہ اللہ پاک تہاڈے عمل دی توفیق